ਤੇ ਵਰਕ ਵੀ ਦੇਖੋ ਇਹਦਾ ਕਿੰਨਾ ਪਿਆਰਾ ਵੀ ਸ਼ੇਪ 'ਚ ਬਣਿਆ ਹੋਇਆ ਗਲਾ, ਤੇ ਬਹੁਤ ਸੋਹਣਾ ਵਰਕ ਹੈ ਇਹਦਾ। ਤੇ ਇਹਦੇ ਘੇਰੇ ਤੇ ਵੀ ਕਿ ਬਾਂਹ ਦੇ ਘੇਰਾ ਆ, ਨਹੀਂ ਹੈਗਾ ਵੀ। ਸੋਰੀ ਘੇਰਾ ਨਹੀਂ ਹੈਗਾ, ਬਾਂਹ ਇਹਦੀ, ਬਾਂਹ ਵੀ ਬਹੁਤ ਸੋਹਣੀ ਵਰਕ ਹੈ। ਸਾਰਾ ਕੁਝ ਦੱਸ ਦਿੰਦੇ ਆ, ਤੁਸੀਂ ਉਹਦੇ ਉੱਪਰ ਮੈਸੇਜ ਕਰੋ, ਇਹਨਾਂ ਨਾਲ ਗੱਲਬਾਤ ਕਰੋ, ਸੂਟ ਜਿਹੋ ਜਿਹਾ ਕਹੋਗੇ ਉਹ ਜਿਹੇ ਰੈਡੀ ਕਰਵਾ ਦੇਣਗੇ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਸਾਰੇ ਠੀਕ ਹੋ? ਤੇ ਅੱਜ ਮੈਂ ਤੁਹਾਡੇ ਵਾਸਤੇ ਫੇਰ ਆਪਣੀਆਂ ਭੈਣਾਂ ਲਈ ਇੱਕ ਗਿਫਟ ਲੈ ਕੇ ਆਈ ਆ ਜਿਹੜਾ ਤੁਹਾਨੂੰ ਬਹੁਤ ਪਸੰਦ ਆਊਗਾ। ਜਿਵੇਂ ਪਹਿਲਾਂ ਮੈਂ ਤੁਹਾਨੂੰ ਸਰਪ੍ਰਾਈਜ਼ ਦਿੱਤਾ ਸੀ, ਹੁਣ ਵੀ ਤੁਹਾਨੂੰ ਸੂਟਾਂ ਦਾ ਸਰਪ੍ਰਾਈਜ਼ ਦੇ ਰਹੀ ਆ। ਜਿਵੇਂ ਰੱਖੜੀ ਦਾ ਟਾਈਮ ਆ ਰਿਹਾ, ਆਪਾਂ ਨੂੰ ਪਤਾ ਕਿ ਆਪਾਂ ਨੂੰ ਸੂਟਾਂ ਦੀ ਬਹੁਤ ਜ਼ਰੂਰਤ ਪਊਗੀ, ਤੇ ਅੱਜ ਮੈਂ ਤੁਹਾਨੂੰ ਸੂਟ ਦਿਖਾਉਣ ਦੀ ਲੱਗੀ ਆ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਣਗੇ। ਤੇ ਮੈਂ ਜਿਨ੍ਹਾਂ ਕੋਲ ਆਈ, ਇਹਨਾਂ ਨੇ ਮੈਨੂੰ ਪਹਿਲਾਂ ਵੀ ਇੱਕ ਸੂਟ ਰੈਡੀ ਕਰਕੇ ਦਿੱਤਾ ਸੀ, ਤੇ ਮੈਨੂੰ ਇਹਨਾਂ ਦਾ ਸੂਟ ਜਿਹੜਾ ਬਹੁਤ ਵਧੀਆ ਲੱਗਿਆ ਸੀ, ਤੇ ਮੈਂ ਸੂਟ ਲੈਣਾ ਸੀ। ਫਿਰ ਦੁਬਾਰਾ ਮੈਂ ਇਹਨਾਂ ਕੋਲ ਅੱਜ ਆਈ ਆ, ਤੇ ਜਦੋਂ ਮੈਂ ਇਹਨਾਂ ਦੇ ਕੋਲ ਆ ਕੇ ਸੂਟ ਦੇਖੇ ਤੇ ਮੈਨੂੰ ਇਹਨਾਂ ਦੇ ਸੂਟ ਬਹੁਤ ਸੋਹਣੇ ਲੱਗੇ, ਤੇ ਮੈਂ ਸੋਚਿਆ ਕਿ ਚਲੋ ਹੁਣ ਤੁਹਾਡੇ ਨਾਲ ਵੀ ਜਿਹੜੇ ਆਪਾਂ ਇਹਨਾਂ ਦੇ ਸੂਟ ਉਹ ਸ਼ੇਅਰ ਕਰਦੇ ਆ ਕਿ ਤੁਸੀਂ ਵੀ ਦੇਖੋ ਤੁਹਾਨੂੰ ਇਹ ਸੂਟ ਕਿਵੇਂ ਦੇ ਲੱਗੇ ਆ। ਤੇ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਇਹਨਾਂ ਨੂੰ ਸਪੋਰਟ ਜ਼ਰੂਰ ਕਰਿਓ, ਤੇ ਇਹਨਾਂ ਦੇ ਸੂਟ ਜਿਹੜੇ ਆਨਲਾਈਨ ਡਿਲੀਵਰੀ ਕਰਾਉਂਦੇ ਆ ਤੁਸੀਂ ਬਾਏ ਵੀ ਜ਼ਰੂਰ ਕਰਿਓ, ਤੇ ਅੱਗੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਤੇ ਤੁਸੀਂ ਦੇਖਿਓ ਉਹਨਾਂ 'ਚ ਤੁਹਾਨੂੰ ਕਿਹੜੇ ਕਿਹੜੇ ਸੂਟ ਸੋਹਣੇ ਲੱਗਦੇ ਆ। ਤੇ ਜੋ ਵੀ ਸੂਟ ਦਾ ਫੈਬਰਿਕ ਹੋਇਆ ਉਹ ਮੈਮ ਤੁਹਾਨੂੰ ਦੱਸ ਦੇਣਗੇ ਕਿਹੜਾ ਫੈਬਰਿਕ ਆ, ਕੀ ਉਹਦੀ ਕੁਆਲਿਟੀ ਆ, ਤੇ ਉਸ ਤੋਂ ਬਾਅਦ ਤੁਸੀਂ ਜੋ ਵੀ ਪੁੱਛਣਾ ਕਮੈਂਟ ਕਰਕੇ ਉਹਦੇ ਬਾਰੇ ਪੁੱਛ ਸਕਦੇ ਹੋ। ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ। ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਵਾਲਾ ਸੂਟ ਕਿਹੜਾ ਵਰਕ ਹੈ, ਕੀ ਫੈਬਰਿਕ, ਇਹਦੇ ਬਾਰੇ ਮੈਮ ਤੁਹਾਨੂੰ ਐਕਸਪਲੇਨ ਕਰ ਦੇਣਗੇ। ਇਹ ਸਟਫ ਹੈਗਾ ਜਿਹੜਾ ਇਹ ਜੂਟ ਦੇ ਵਿੱਚ ਹੈ, ਔਰ ਜਿਹੜਾ ਇਹਦਾ ਵਰਕ ਕੀਤਾ ਹੋਇਆਗਾ ਇਹ ਹੈਗਾ ਆਰੀ ਦੇ ਵਿੱਚ, ਆਰੀ ਵਰਕ ਕੀਤਾ ਹੋਇਆਗਾ। ਪਾਰਟੀ ਵੇਅਰ ਸੂਟ ਬਣਿਆ ਹੋਇਆ, ਜਿੱਦਾਂ ਹੁਣ ਗਰਮੀ 'ਚ ਕੋਈ ਵੀ ਫੰਕਸ਼ਨ ਵਗੈਰਾ ਆ ਜਾਂਦਾ ਉਹਦੇ ਲਈ ਇਹ ਬੈਸਟ ਹੈ। ਇਹ ਜਿਹੜਾ ਇਹ ਸਟਫ ਹੈਗਾ ਇਹਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਨਿਊ ਸਟਫ ਆਇਆ ਸੀਗਾ ਇਹ, ਬਹੁਤ ਜ਼ਿਆਦਾ ਵਧੀਆ ਕੁਆਲਿਟੀ ਹੈ। ਜਿਵੇਂ ਪਹਿਲਾਂ ਜੂਟ ਚੱਲਦੀ ਸੀ ਉਹ ਵਾਲੀ ਨਹੀਂ ਆ, ਬਾਕੀ ਇਹਦੇ ਤੇ ਜਿਹੜਾ ਵਰਕ ਕੀਤਾ ਹੋਇਆ ਪਾਰਟੀ ਵੇਅਰ ਆਪਾਂ ਕਿਸੇ ਫੰਕਸ਼ਨ ਤੇ ਪਾ ਸਕਦੇ ਹਾਂ, ਮਤਲਬ ਕਿਵੇਂ ਦੇ ਵਿੱਚ, ਚਾਹੇ ਕੋਈ ਵਧੀਆ ਫੰਕਸ਼ਨ ਆ ਜਾਂ ਕੋਈ ਸੇ ਵੈਸੇ ਵੀ ਜਾ ਰਹੇ ਹੋ, ਕਿਤੇ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਵਾ, ਕਿਸੇ ਫੰਕਸ਼ਨ ਤੇ ਵੇਅਰ ਕਰ ਲਈ ਬਹੁਤ ਵਧੀਆ ਰਹੂਗਾ। ਸੈਕਿੰਡ ਸੂਟ ਵੀ ਸੇਮ ਕਲਰ ਦੇ ਵਿੱਚ ਹੈ। ਹਾਂਜੀ, ਇਹਦੇ ਵਿੱਚ ਵਰਕ ਦਾ ਥੋੜਾ ਜਿਹਾ ਫਰਕ ਹੈ, ਸਟਫ ਸੇਮ ਹੀ ਆ। ਇਹ ਗਰਲਿਸ਼ ਆਈਟਮ ਆ ਜਾਂਦੀ ਹੈ ਥੋੜੀ ਜਿਹੀ। ਇਹਦੇ ਗਲੇ ਦੇ ਉੱਪਰ ਵਰਕ ਹੋਇਆ ਹੋਇਆ, ਤੇ ਥੋੜਾ ਥੋੜਾ ਵਰਕ ਜਿਹੜਾ ਸਾਰੇ ਸ਼ਰਟ ਦੇ ਉੱਪਰ ਵੀ ਹੋਇਆ ਹੈ। ਇਹਦੀ ਬੈਕ ਸਾਈਡ ਵੀ ਬੂਟੀ ਆ ਜਾਣੀ ਹੈ, ਇਦਾਂ ਹੀ ਸ਼ਰਟ ਦੀ ਬੈਕ ਸਾਈਡ ਪੂਰੀ ਕਵਰ ਹੋ ਜੂਗੀ ਸ਼ਰਟ। ਹਾਂਜੀ, ਸੇਮ ਉਵੇਂ ਜੋ ਫਰੰਟ ਤੇ ਆ ਰਿਹਾ ਉਹੀ ਇਹਦੇ ਬੈਕ ਤੇ ਆ ਰਿਹਾ। ਬਾਜੂ ਵੀ ਦਿਖਾ ਦੋ ਜੀ, ਇਹਦੇ ਬਾਜੂ ਬਾਜੂ ਦਾ ਡਿਫਰੈਂਟ ਡਿਜ਼ਾਈਨ ਬਣਿਆ ਹੋਇਆ ਇਹਦੇ ਉੱਪਰ। ਸਟਫ ਵੀ ਅਲੱਗ ਮਿਲੂਗਾ ਤੁਹਾਨੂੰ, ਔਰ ਜਿਹੜਾ ਵਰਕ ਹੈ ਉਹ ਵੀ ਡਿਫਰੈਂਟ ਹੋਏਗਾ ਸਭ ਤੋਂ। ਇਹ ਉਹਦੇ ਵਿੱਚ ਰੈਡੀ ਕਰਵਾਉਣਾ ਹੈ, ਡਾਰਕ ਕਲਰ ਦੇ ਨਾਲ ਕਰਵਾਉਣਾ ਹੈ। ਹਾਂਜੀ, ਅਗਰ ਕਿਸੇ ਨੂੰ ਕਲਰ ਆਪਸ਼ਨ ਚਾਹੀਦੀ ਹੈ ਤਾਂ ਇਹਨਾਂ ਨੇ ਇਹ ਵਾਲੀ ਸ਼ੇਡ ਵੀ ਇਹਦੇ 'ਚ ਰੈਡੀ ਕਰਵਾਈ ਹੈ। ਦੂਸਰੀ ਸ਼ੇਡ ਇਹ ਹੈ ਥੋੜੀ ਜਿਹੀ ਗ੍ਰੇਸ਼ ਜੀ ਸ਼ੇਡ, ਇਹਦੇ ਉੱਪਰ ਵੀ ਆਪਾਂ ਜਿਹੜਾ ਵਰਕ ਆ ਡਿਜ਼ਾਈਨ ਦੇ ਕੇ ਜਾਂ ਕਲਰ ਆਪਸ਼ਨ ਵੀ ਰੱਖ ਸਕਦੇ ਹਾਂ। ਤੇ ਆਪਾਂ ਅੱਗੇ ਤੁਹਾਨੂੰ ਹੋਰ ਸੂਟ ਦਿਖਾਵਾਂਗੇ। ਇਹ ਆ ਗਿਆ ਹੈਂਡ ਵਰਕ ਦੇ ਵਿੱਚ, ਬਹੁਤ ਪਿਆਰਾ ਸੂਟ ਤੇ ਬਹੁਤ ਹੀ ਪਿਆਰੀ ਸ਼ੇਡ ਹੈ ਇਹਦੀ। ਹੋ ਸਕਦਾ ਹੈ ਸੇਮ ਕਲਰ ਨਾ ਆਉਂਦਾ ਹੋਵੇ, ਥੋੜਾ ਜਿਹਾ ਫਰਕ ਰਹਿ ਜਾਂਦਾ ਹੈਗਾ। ਇਹਦਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਹੈ ਤੇ ਸ਼ੇਡ ਵੀ ਬਹੁਤ ਪਿਆਰੀ ਹੈ। ਇਹ ਵੀ ਨਿਊ ਸਟਫ ਦੇ ਉੱਪਰ ਕੀਤਾ ਹੋਇਆਗਾ, ਪਾਰਟੀ ਵੇਅਰ ਸੂਟ ਬਣਿਆ ਹੋਇਆਗਾ। ਇਹਦੀਆਂ ਬਾਜੂ ਵੀ ਹੈ ਜਿਹੜੀਆਂ ਉਹ ਵੀ ਹੈਵੀ ਦਿੱਤੀਆਂ ਹੋਈਆਂ ਆਈਆਂ ਪੂਰੀਆਂ। ਹਾਂਜੀ, ਦੂਸਰੀ ਸਾਈਡ ਤੇ ਬਾਜੂ ਇਹਦੀ। ਬਾਕੀ ਜਿਹੜਾ ਇਹਦਾ ਸਟਫ ਉਹਨਾਂ ਦਾ ਬਿਲਕੁਲ ਵੀ ਵੇਟ ਨਹੀਂ ਹੈਗਾ, ਬਹੁਤ ਲਾਈਟ ਵੇਟ ਆ, ਬਹੁਤ ਜ਼ਿਆਦਾ ਵਧੀਆ ਇਹਦਾ ਦੁਪੱਟਾ ਇਹਦੇ ਨਾਲ। ਹਾਂਜੀ ਹਾਂ, ਇਹ ਥੋੜੀ ਜਿਹੀ ਲੇਸਿਸ ਦਾ ਕੰਮ ਰਹਿੰਦਾ ਸੀ ਕਿਹਾ ਤਾਂ, ਉਦਾਂ ਹੀ ਪਰਲ ਦੇ ਵਿੱਚ ਇਹਦੀ ਲੇਸ ਦਿੱਤੀ ਹੋਈ ਆ, ਸੇਮ ਜਿੱਦਾਂ ਵਰਕ ਸੀਗਾ ਉਦਾਂ ਹੀ ਲੇਸ ਹੈ ਇਹਦੀ। ਜਿਵੇਂ ਆਪਾਂ ਆਮ ਮਾਰਕੀਟ 'ਚ ਸੂਟ ਲੈਂਦੇ ਹਾਂ ਨਾ, ਹੁੰਦੇ ਸਭ ਦੇ ਸੋਹਣੇ ਹੁੰਦੇ, ਪਰ ਜਿਹੜਾ ਇਹ ਸਟੱਫ ਹੁੰਦਾ ਨਾ ਬੁਟੀਕ ਵਰਕ ਦੇ ਵਿੱਚ, ਇਹ ਸਟੱਫ ਬਹੁਤ ਜ਼ਿਆਦਾ ਸੋਹਣਾ ਹੁੰਦਾ, ਕਿਉਂਕਿ ਇਹ ਸਟੱਫ ਆਪਾਂ ਨੂੰ ਨੋਰਮਲ ਸ਼ੋਪਸ ਤੋਂ ਨਹੀਂ ਮਿਲਦਾ। ਇਹ ਸਿਰਫ ਜਿਹੜਾ ਬੁਟੀਕ ਦਾ ਕੰਮ ਕਰਦੇ ਆ, ਜਿਵੇਂ ਇੱਦਾਂ ਸੂਟ ਰੈਡੀ ਕਰਵਾ ਕੇ ਦਿੰਦੇ ਆ, ਉਹਨਾਂ ਕੋਲ ਇਹ ਸਟੱਫ ਮਿਲਦਾ। ਇਹ ਸੈਕਿੰਡ ਆ ਗਿਆ ਕਾਟਨ ਦੇ ਵਿੱਚ, ਲੇਲਨ ਕਾਟਨ ਦੇ ਵਿੱਚ ਆ। ਇਹਦਾ ਸਟੱਫ ਵੀ ਬਹੁਤ ਪਿਆਰਾ ਹੈ, ਇਹਦਾ ਵਰਕ ਵੀ ਬਹੁਤ ਵਧੀਆ ਹੈ। ਜੇ ਆਪਾਂ ਨੂੰ ਸੇਮ ਕਲਰ ਚਾਹੀਦਾ, ਦੁਪੱਟਾ ਵੀ ਸੇਮ ਆ, ਸਾਰਾ ਵਰਕ ਵੀ ਔਰ ਸੂਟ ਦਾ ਕਲਰ ਵੀ ਸੇਮ ਆ। ਇਹ ਬਾਜੂ ਆ ਗਈਆਂ ਇਹਦੀਆਂ, ਬਹੁਤ ਪਿਆਰਾ ਜਿਹੜਾ ਸੂਟ ਹੈ। ਦੁਪੱਟਾ ਹੈਗਾ ਇਹਦਾ, ਦੁਪੱਟਾ ਚੰਦੇਰੀ ਦੇ ਵਿੱਚ ਆ, ਲਾਈਟ ਵੇਟ ਚ ਆ ਬਿਲਕੁਲ ਦੁਪੱਟਾ ਵੀ ਇਹਦਾ। ਜਿਵੇਂ ਆਪਾਂ ਗਰਮੀ ਚ ਅੱਜ ਕੱਲ੍ਹ ਲੈ ਕੇ ਖੁਸ਼ ਰਹਿੰਦੇ ਹਾਂ ਦੁਪੱਟੇ ਵਾਲੇ, ਉਹ ਦੁਪੱਟੇ ਆ ਬਹੁਤ ਸੋਹਣੇ, ਰੋਇਲ ਲੁੱਕ ਦਿੰਦੇ ਆ ਦੁਪੱਟੇ, ਜੇ ਆਪਾਂ ਸੂਟ ਨਾਲ ਲੈਂਦੇ ਹਾਂ ਤੇ ਲੁੱਕ ਬਹੁਤ ਜ਼ਿਆਦਾ ਵਧੀਆ ਆਉਂਦੀ ਇਹਨਾਂ ਦੇ ਨਾਲ। ਅੱਗੇ ਤੁਹਾਨੂੰ ਆਪਾਂ ਨੈਕਸਟ ਸੂਟ ਦਿਖਾਉਂਦੇ ਹਾਂ। ਇਹਨਾਂ ਦਾ ਸਾਰੀਆਂ ਲੇਸਿਸ ਦਾ ਕੰਮ ਹਜੇ ਰਹਿੰਦਾ ਗਾ। ਇਹਦੇ ਗਲੇ ਤੇ ਵੀ ਹੈ ਤੇ ਘੇਰੇ ਤੇ ਵੀ ਹੈ।
बाजू ते वाली आ गई ऐदा। हाँ ये बाजू ते भी सेम वर्क है, जो ये गले ते वर्क है वही ये बाहां ते वर्क है, अगे फ्रंट ते ये घेरे ते पैनल्स वर्क भी है। बन गए हजे तक, लेस दे नाल ऐदा डिजाइनिंग होगी। हाँ जी ये ये डिजाइनिंग करके टेलर भरूआ, और जेहड़ा इहदे नाल दुपट्टा हैगा गा, ये मसलीन दा गा। दुपट्टा मसलीन दा हैंड वर्क आ गया, फिर ये कलर भी बहुत प्यारा है। स्टाफ दस दो ये हैगा गा जॉर्जट दे विच, विस्कोस जॉर्जट। ये स्टफ है ना जिहड़ा बिल्कुल इदां लगदा वी प्योर दे विच हुंदा है, हाँ जिवें जी प्योर जॉर्जट दे विच। स्टफ बहुत सोहना है, भी कलर भी बहुत प्यारा है, जिवें गर्लिश लुक चुंदी अजकल कुड़ियां पाउंदियां ना उस तरीके नाल ही हाँ सेम जी ही है, जो गले ते डिजाइन वही बाहां ते डिजाइन बनया होया। मैनूं लगदा ते मूरी ते भी आऊगा। हाँ जी। हाँ जी इहदी मूरी ते भी ये डिजाइन है, इहदे नाल दुपट्टा ते इहदी लेसेस जिहड़ियां लगणगियां। अगला सूट आ गया फिर कॉटन दा, ये कॉटन दा सूट। ये कोटा डोरी दे विच कॉटन स्टफ हैगा, इहदियां बाजू ते भी सेम वर्क हैगा, और ये मूरियां ते आऊगा ये वाले ही। शेड सारे सूटों की बहुत ज्यादा वधिया, जिवें आपां कहिंदे डार्क नहीं है कि बहुत वधिया लवेंडर शेड है, प्यारे शेड जिवें अजकल चलते हैं ना ये उवें है। तो टाई डाई दुपट्टा भी, दुपट्टा जिवें हुण हाँ जी चलदा हैगा, दुपट्टा भी टाई डाई है, दुपट्टे तक की टोटल कोटा डोरी है भी, हाँ जी प्योर बहुत सोहनी प्योर कोटा कोटा डोरी है डोरी भी। है। डिजाइनिंग भी बहुत सोहनी कीती है, एवें दे सूटां दी ग्रेस इहो जिहे दुपट्टियां नाल ही पैंदी हाँ है। जी हाँ, सारियां लेसिस ऐदां ही रखी हुई है। एक बार ठीक है जी। हाँ जदों अगले ने रेडी करवाना फिर नाल दी नाल लग जांदियां ने, तो टेलर ही हाँ जी लाऊगा। हाँ, ये सेम है ये, बस ओदे गले ते वर्क नहीं हैगा सीगा, ये गले ते आ। हाँ कलर इहदा भी बहुत प्यारा, शेड बहुत सोहनी इहदी भी, जी, एक बार तुसीं इहदे देख लो हल्का जिहा। ये भी कॉटन दे विच ले लन, कॉटन दे विच, ये नीचे लाइनिंग दी जरूरत नहीं हैगी। हाँ जी दुपट्टा इहदे नाल भी मसलीन दा है ना। हाँ जी मसलीन दा दुपट्टा। अग्गे आ गया अपने को एक घेरे दे उपर आ जांदा वर्क, इहदा घेरे ते, इहदा स्टफ की है, ये स्टफ स्टफ बहुत थोड़ा वधिया है। जा, ये पार्टी वियर स्टफ आ जांदा। हाँ जी स्टफ बहुत वधिया। हाँ जी हाँ, ये एक फैमिली दे वैसे ज्यादातर तो सूट, क्योंकि उन्होंने ना अपनी मम्मा नु गिफ्ट देना सी, उन्होंने लिए रेडी हुए है ये सूट ठीक है जी स्टफ बहुत सोहना है, सरप्राइज इहदा लिए। कलर भी बहुत प्यारा, इंग्लिश शेड हुंदी ना जिवें हाँ जी हाँ इंग्लिश जी शेड कलर्स ने सारे, ते दुपट्टा इहदे नाल चुनून दा ही है। हाँ जी, प्योर चुनौन दा दुपट्टा। हाँ जी दुपट्टियां दे विच भी दो तीन तरह दे आ जांदे आ, डुप्लीकेट भी आंदे आ, सेम कॉपी हाँ हो जी वो जांदी तो है। आंदे जिद्दां ही, ये कमल दा हैगा दुपट्टा, कमल चनून ये भी आरी दे विच आ गया। कॉटन दा दुपट्टा है, सूट है भी सॉरी हाँ जी हाँ, आरी प्योर वर्क है, सोन तो दा नाल दुपट्टा। दुपट्टा जिहड़ा है चनून दा ही है। इहदियां इहदे उपर भी बाजू लैसेस हल्कियां लगनी है, इहदा हाँ वर्क करना लैसेस दा। इस तो बाद अग्गे अपन सूट दिखाउणे तुहानूं, बहुत ही प्यारा सूट है, जिवें ये मसलीन कॉटन दे विच। ये शर्ट है ना, हाँ जी हाँ, शर्ट प्रिंटेड ही आएगी, और सिर्फ ये बॉटम ते वर्क किया होगा आ मसलीन शर्ट दा। है, ये बॉटम है, हाँ जी हाँ, मसलीन दा बहुत प्यारा दुपट्टा आ गया, सूट ये है भी जी। टाई डाई दुपट्टा आ गया हाँ नाल। जी मसलीन दा दुपट्टा बहुत सोहना सूट है, इहदे नाल जिहड़ा वा शर्ट आ वो प्रिंटेड आ, जिहड़ी सलवार है उहदे सिर्फ जिहड़ा वा वो मूरी ते कढ़ाई आएगी। ये भी चाकां ते है, सिर्फ कॉटन दे विच। कलर बहुत सोहना लग रहा है, उपर वर्क किया हुआ कॉटन है भी, टाई डाई दुपट्टा, सुपर नेट दा दुपट्टा इहदे नाल। हाँ दुपट्टे का स्टफ भी बहुत प्यारा है, टाई डाई भी बहुत सोहनी कीती हुई उपर है ना। जी, मैरून कलर कितना सूट कर रहे हैं, मैरून कहड़ा कलर है, ये मैरून जी मैरून भी नहीं हैगा, ये डिफरेंट जा हाँ शेड है कोई। अलग जी शेड है, बहुत सोहना है भी। इस तो बाद आ गया वाइट कलर, गर्मियों के पाया जाने वाला कलर, ब्लॉक पेंटिंग है ना उपर, हाँ जी, हैंड पेंट और ब्लॉक पेंट। बहुत सोहना है भी। ओपन करियो, बहुत सोहना पेंट किया है उपर, दुपट्टे दुपट्टा दे भी सेम ही है, ऑल ओवर ही ना सूट वाइट ही है ना सारा, दुपट्टा हाँ जी हाँ, वाइट है। ये भी बहुत सोहना देखो। सही लग रहा ना, बहुत सोहने सोहने सूट है, ते जे तुसी मंगवाना चाहुंदे हो तो तुसी मैसेज जरूर करो, बाकी आपां तां उन्होंने इन्हां दी इंस्टा आईडी सारा। स्टफ हैगा जिहड़ा, ये हैगा लाइनिंग जॉर्जट दे विच।
ਜਿਵੇਂ ਅੱਜ ਕੱਲ ਲਾਈਨਿੰਗ ਜੋਰਜਟ ਚੱਲ ਰਹੀ, ਕਾਫੀ ਟ੍ਰੈਂਡ ਆ ਉਹਦਾ, ਤੇ ਉਹ ਜੋਰਜਟ ਚੱਲ ਰਹੀ ਹੈ ਤੇ ਉਹਦੇ ਉੱਪਰ ਇਹ ਸ਼ਰਟ ਦੇ ਉੱਪਰ ਵਰਕ ਆ ਰਿਹਾ। ਇਹ ਸੈਂਟਰ 'ਚ ਆਏਗਾ? ਹਾਂਜੀ ਸੈਂਟਰ ਦੇ ਸੈਂਟਰ 'ਚ ਆਏਗਾ। ਯੂਨੀਕ ਜਿਹਾ ਵਰਕ ਆ, ਸੋਹਣਾ ਲੱਗ ਰਿਹਾ। ਇਹ ਬਾਟਮ ਦੇ ਉੱਪਰ ਆ ਗਿਆ। ਹਾਂਜੀ ਇਹ ਦੀ ਬਾਜੂ ਆ ਗਈ। ਹਾਂਜੀ ਠੀਕ ਹੈ, ਕਲਰ ਬਹੁਤ ਸੋਹਣੇ ਇਹ ਦੁਪੱਟਾ, ਜਿਵੇਂ ਉਹਨਾਂ ਦੇ ਬਜਟ ਦੇ ਅਕੋਰਡਿੰਗ ਫਿਰ ਕੋਈ ਹੋਰ ਦੁਪੱਟਾ ਲੈਂਦੇ ਸੀ ਤਾਂ ਸੂਟ ਮਹਿੰਗਾ ਬਣਦਾ ਸੀ, ਫਿਰ ਸੇਮ ਦੁਪੱਟਾ ਲੈ ਲਿਆ ਲਾਈਨਿੰਗ ਵਾਲਾ। ਹਾਂ ਸੋਹਣਾ ਲੱਗ ਰਿਹਾ, ਵੀ ਬਹੁਤ ਪਿਆਰਾ ਲੱਗ ਰਿਹਾ। ਜਿਵੇਂ ਦੀ ਰੇਂਜ ਦੇ ਅਕੋਰਡਿੰਗ ਉਦਾਂ ਦਾ ਸੂਟ ਤਿਆਰ ਹੋ ਜਾਂਦਾ ਜਿਵੇਂ ਦਾ ਅਗਲਾ ਕਹਿੰਦਾ। ਇਸ ਤੋਂ ਬਾਅਦ ਆਪਾਂ ਸੇਮ ਉਹੀ ਸਟਫ, ਕਿਹੜਾ ਸਟਫ ਹੈ? ਇਹ ਵੀ ਲਾਈਨਿੰਗ ਜੋਰਜਟ, ਲਾਈਨਿੰਗ ਜੋਰਜਟ, ਬਟ ਦੇਖਣ ਨੂੰ ਥੋੜੀ ਜਿਹੀ ਅਲੱਗ ਲੱਗ ਰਹੀ ਸੀ ਨਾ। ਹਾਂਜੀ ਇਹ ਡਾਰਕ ਆ ਗਿਆ ਨਾ ਦੀ ਕਲਰ, ਉਹਦਾ ਕਰਕੇ ਫਰਕ ਪੈ ਜਾਂਦਾ। ਇਹਦੇ ਹੈਂਡ ਵਰਕ ਕੀਤਾ ਬਹੁਤ ਪਿਆਰਾ ਹੈ, ਕਲਰ ਵੀ ਬਹੁਤ ਸੋਹਣਾ ਹੈ। ਇਹ ਬਾਹਾਂ ਤੇ ਆਏਗਾ ਵਰਕ? ਹਾਂਜੀ ਨਹੀਂ ਬਹੁਤ ਸੋਹਣਾ ਹੈ ਸੂਟ ਇਹ ਵੀ। ਔਰ ਇਹਦੇ ਨਾਲ ਦੁਪੱਟਾ ਤਾਂ ਨਹੀਂ ਹੈਗਾ ਨਾ? ਨਹੀਂ ਇਹਦੇ ਨਾਲ ਨਹੀਂ ਹੈਗਾ। ਹਾਂਜੀ ਇਸ ਤੋਂ ਬਾਅਦ ਇੱਕ ਹੋਰ ਹੈਂਡ ਵਰਕ ਕੀਤਾ ਹੋਇਆ ਸੂਟ, ਬਹੁਤ ਸੋਹਣਾ ਤਿਆਰ ਕੀਤਾ ਹੋਇਆ, ਮਿਰਰ ਵਰਕ ਕੀਤਾ ਹੋਇਆ ਹੈ। ਇਹਦੇ ਜੇ ਆਪਾਂ ਪਲਾਜ਼ੋ ਚਾਹੋ ਤਾਂ ਬਣਾ ਸਕਦੇ ਹਾਂ, ਉਹਦੇ ਉੱਪਰ ਵੀ ਵਰਕ ਕੀਤਾ ਹੋਇਆਗਾ। ਇਹ ਗਲਾ ਹੈ? ਹਾਂਜੀ ਇਹ ਗਲਾ ਆ ਗਿਆ, ਇਹਦਾ ਗਲਾ ਆਏਗਾ ਤੇ ਅੱਗੇ ਦਾ ਫਰੰਟ ਆਏਗਾ। ਆ ਸੀ ਸੀ ਆ ਲੁੱਕ ਆ, ਸਾਰੇ ਮਿਰਰ ਵਰਕ ਹੈ। ਇਹ ਦੁਪੱਟਾ ਆ ਗਿਆ, ਡਾਟਸ ਪਾਏ ਹੋਏ ਆ ਇਹ ਦੁਪੱਟੇ ਦੇ ਉੱਪਰ, ਛੋਟੇ ਛੋਟੇ ਡਾਟਸ ਪਏ ਹੋਏ ਸਾਰੇ ਦੁਪੱਟੇ ਤੇ, ਪਿਆਰਾ ਲੱਗ ਰਿਹਾ। ਇਹਦੇ ਉੱਪਰ ਵੀ ਲੈਸਿਸ ਵਗੈਰਾ ਲੱਗਣਗੇ? ਹਾਂਜੀ ਫਿਰ ਹੈਵੀ ਹੋ ਜਾਏਗਾ ਜ਼ਿਆਦਾ। ਹਾਂਜੀ ਹੁਣ ਤੁਸੀਂ ਇਹ ਸੂਟ ਦਾ ਕਲਰ ਵੀ ਬਹੁਤ ਪਿਆਰਾ ਹੈ ਤੇ ਵਰਕ ਵੀ ਬਹੁਤ ਵਧੀਆ। ਇਹ ਔਰਗੈਂਜ਼ਾ ਸਟਫ ਦੇ ਉੱਪਰ ਆ, ਬਹੁਤ ਪਿਆਰਾ ਸੂਟ ਆ ਤੇ ਔਰਗੈਂਜ਼ਾ ਵੀ ਬਹੁਤ ਸੋਹਣੀ ਹੈ। ਤਾਂ ਔਰਗੈਂਜ਼ਾ ਨੋਰਮਲ ਨਹੀਂ, ਜਿਹੜੀ ਆਪਾਂ ਨੋਰਮਲ ਮਿਲਦੀ ਹੈ, ਹਾਂਜੀ ਬਹੁਤ ਪਿਆਰੀ ਔਰਗੈਂਜ਼ਾ ਹੈ ਤੇ ਵਰਕ ਵੀ ਦੇਖੋ ਇਹਦਾ ਕਿੰਨਾ ਪਿਆਰਾ ਵੀ ਸ਼ੇਪ 'ਚ ਬਣਿਆ ਹੋਇਆ ਗਲਾ ਤੇ ਬਹੁਤ ਸੋਹਣਾ ਵਰਕ ਹੈ ਇਹਦਾ। ਤੇ ਇਹਦੇ ਘੇਰੇ ਤੇ ਵੀ ਬਾਂਹ ਦੇ ਨਹੀਂ ਹੈਗਾ, ਸੋਰੀ ਘੇਰਾ ਨਹੀਂ ਹੈਗਾ, ਬਾਂਹ ਇਹਦੀ ਬਾਂਹ ਵੀ ਬਹੁਤ ਸੋਹਣੀ ਵਰਕ ਕੀਤੀ ਹੋਈ ਹੈ। ਤੇ ਇਹਦੇ ਨਾਲ ਬਸ ਉਹੀ ਹੈ ਬਾਟਮ ਸੇਮ ਕਲਰ ਦੀ ਹੈ। ਹਾਂਜੀ ਆਲ ਓਵਰ ਸੂਟ, ਆਲ ਓਵਰ ਸੂਟ ਹੈ, ਬਹੁਤ ਪਿਆਰਾ ਸੂਟ ਹੈ। ਤੇ ਅੱਗੇ ਆਪਣੇ ਕੋਲ ਰਹਿ ਗਿਆ ਜੇ ਤੁਸੀਂ ਹੈਵੀ ਜਿਵੇਂ ਦੇਖਣਾ ਡਿਜ਼ਾਈਨ, ਇਹਨਾਂ ਕੋਲ ਹੈਵੀ ਦੇ ਵਿੱਚ ਹੈ ਮਜੰਟਾ ਸ਼ੇਡ 'ਚ, ਜਿਵੇਂ ਅੱਗੇ ਬ੍ਰਾਈਡਲ ਵਗੈਰਾ ਹੋਣਗੇ ਜਿਵੇਂ ਤੁਸੀਂ ਰੈਡੀ ਕਰਵਾਉਣਾ ਕਿਸੇ ਨੇ, ਤੇ ਬਹੁਤ ਸੋਹਣਾ ਡਿਜ਼ਾਈਨ ਹੈ ਵੀ, ਹੈਂਡ ਵਰਕ ਕੀਤਾ ਹੋਇਆ, ਕਲਰ ਵੀ ਬਹੁਤ ਵਧੀਆ ਇਹਦਾ। ਨਿਊਲੀ ਮੈਰਿਡ ਗਰਲਸ ਵਾਸਤੇ ਤਾਂ ਬਹੁਤ ਜ਼ਿਆਦਾ ਵਧੀਆ ਹੈ। ਤੇ ਇਹਦਾ ਦੁਪੱਟਾ ਜਿਹੜਾ ਉਹ ਨਾਲ ਹੀ ਹੈ, ਇਹਦੇ ਥੋੜ੍ਹਾ ਵਰਕ ਕੀਤਾ ਹੋਇਆ ਉੱਪਰ ਹੀ, ਹੈਂਡ ਵਰਕ ਹੀ ਆ ਤੇ ਲੈਸਸ ਲਾ ਕੇ ਬਹੁਤ ਸੋਹਣਾ ਇਹਨੂੰ ਰੈਡੀ ਕੀਤਾ ਹੋਇਆ। ਇੱਕ ਵਾਰ ਓਪਨ ਕਰਕੇ ਦਿਖਾ ਦਿੰਦੀ, ਸਾਰਾ ਸੋਹਣਾ ਲੱਗ ਰਿਹਾ ਨਾ। ਇਹਦਾ ਵਰਕ ਵੀ ਮੈਂ ਤੁਹਾਨੂੰ ਇੱਕ ਵਾਰ ਉੱਪਰ ਕਰਕੇ ਦਿਖਾ ਦਿੰਦੀ, ਦੇਖੋ ਕਿੰਨਾ ਪਿਆਰਾ ਵਰਕ ਲੱਗ ਰਿਹਾ ਇਹਦਾ, ਸਾਰਾ ਸ਼ਰਟ ਤੇ ਉੱਪਰ ਆਏਗਾ। ਹੁਣ ਤੁਹਾਡਾ ਫਰਜ਼ ਹੈ ਕਿ ਤੁਸੀਂ ਸਾਨੂੰ ਮੈਸੇਜ ਕਰਕੇ ਜਾਂ ਇਹਨਾਂ ਨੂੰ ਕਮੈਂਟ ਕਰਕੇ, ਇਹਨਾਂ ਦੀ ਇੰਸਟਾਗ੍ਰਾਮ ਆਈਡੀ ਤੁਹਾਨੂੰ ਆਪਾਂ ਮੈਂਸ਼ਨ ਕਰ ਦਾਂਗੇ, ਉੱਥੇ ਜਾ ਕੇ ਮੈਸੇਜ ਕਰੋ ਤੇ ਦੱਸਿਓ ਸੂਟ ਕਿਵੇਂ ਦੇ ਲੱਗੀ ਹੈ। ਤੇ ਜੇ ਆਰਡਰ ਕਰਨੇ ਤਾਂ ਵੀ ਇਹਨਾਂ ਨਾਲ ਕੰਟੈਕਟ ਜ਼ਰੂਰ ਕਰਿਓ ਮੈਸੇਜ ਕਰਕੇ ਇੰਸਟਾਗ੍ਰਾਮ ਆਈਡੀ ਤੇ। ਤੇ ਸਾਡਾ ਅੱਜ ਦੀ ਵੀਡੀਓ ਬਣਾਉਣ ਦਾ ਮੋਟਿਵ ਇਹੀ ਸੀਗਾ ਕਿਉਂਕਿ ਸਾਨੂੰ ਲੱਗਿਆ ਕਿ ਜਿਵੇਂ ਇਹ ਆਪਣੇ ਘਰ ਦੇ ਵਿੱਚ ਰਹਿ ਕੇ ਘਰ ਦੇ ਸਾਰੇ ਕੰਮ ਕਾਰ ਕਰਦੇ ਤੇ ਨਾਲ ਹੀ ਆਪਦਾ ਬਿਜ਼ਨਸ ਵੀ ਜਿਹੜਾ ਰਨ ਕਰ ਰਹੇ ਆ ਕਿ ਬਹੁਤ ਮਿਹਨਤ ਕਰ ਰਹੇ ਆ, ਤੇ ਸਾਨੂੰ ਲੱਗਿਆ ਕਿ ਸਾਨੂੰ ਵੀ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਕਿਉਂਕਿ ਜਦੋਂ ਅਸੀਂ ਨਵਾਂ ਨਵਾਂ ਆਪਣਾ ਬਿਜ਼ਨਸ ਸਟਾਰਟ ਕੀਤਾ ਸੀ ਨਾ ਤੇ ਸਾਨੂੰ ਵੀ ਹੁੰਦਾ ਕਿ ਸਾਡੀ ਕੋਈ ਹੈਲਪ ਕਰੇ, ਸਾਨੂੰ ਕੋਈ ਅੱਗੇ ਲੈ ਕੇ ਆਵੇ, ਤੇ ਇਸ ਕਰਕੇ ਤੁਸੀਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ। ਅੱਜ ਕੱਲ ਆਪਾਂ ਦੇਖਦੇ ਹਾਂ ਕਿ ਕੁੜੀਆਂ ਹੀ ਇੱਕ ਦੂਜੇ ਦੀ ਸਪੋਰਟ ਨਹੀਂ ਕਰਦੀਆਂ, ਤੇ ਜੇਕਰ ਤੁਸੀਂ ਇੱਕ ਮੌਕਾ ਇਹਨਾਂ ਨੂੰ ਦਿਓਗੇ ਤੇ ਇਹਨਾਂ ਦਾ ਵੀ ਹੌਸਲਾ ਵਧੂਗਾ ਕਿਉਂਕਿ ਸੂਟ ਤਾਂ ਆਪਾਂ ਸਾਰੇ ਹੀ ਖਰੀਦਦੇ ਆ, ਤੇ ਜੇ ਤੁਸੀਂ ਇਹਨਾਂ ਨੂੰ ਇੱਕ ਮੌਕਾ ਦਿਓਗੇ ਤੁਹਾਨੂੰ ਪਤਾ ਲੱਗ ਸਕੂਗਾ ਕਿ ਇਹ ਕਿਵੇਂ ਦਾ ਸਟੱਫ ਯੂਜ਼ ਕਰ ਰਿਹਾ, ਕਿਵੇਂ ਦਾ ਵਰਕ ਕਰ ਰਿਹਾ, ਤੇ ਤੁਸੀਂ ਸਾਡੇ ਕਹਿਣ ਤੇ ਇੱਕ ਵਾਰ ਜ਼ਰੂਰ ਇਹਨਾਂ ਤੋਂ ਆਪਣੇ ਸੂਟ ਰੈਡੀ ਕਰਵਾ ਕੇ ਦੇਖਿਓ ਤੇ ਥੋੜਾ ਬਹੁਤਾ ਕੰਸੈਸ਼ਨ ਇਹ ਤੁਹਾਨੂੰ ਦੇਣਗੇ ਕਿਉਂਕਿ ਅਸੀਂ ਤੁਹਾਨੂੰ ਕਹਿ ਰਹੇ ਹਾਂ ਇਸ ਕਰਕੇ ਥੋੜਾ ਕੰਸੈਸ਼ਨ ਤਾਂ ਬਣਦਾ ਹੈ। ਬਾਕੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ।